ਸਤਿ ਸ਼੍ਰੀ ਅਕਾਲ ਦਰਸ਼ਕੋ, ਹਰਮਨਜੀਤ ਸਿੰਘ ਇੱਕ ਵਾਰ ਫਿਰ ਵੈਸਟਰਨ ਓਵਰਸੀਜ਼ ਤੋਂ ਕੈਨੇਡਾ ਡਿਪਾਰਟਮੈਂਟ ਤੋਂ ਇੱਕ ਨਵਾਂ ਵੀਜ਼ਾ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਅੱਜ ਜੋ ਸਾਡੇ ਕੋਲ ਵੀਜ਼ਾ ਆਇਆ ਉਹ ਆਇਆ ਹਰਜੋਤ ਭੁੱਲਰ ਦਾ। ਹਰਜੋਤ ਬਿਲੋਂਗ ਕਰਦੇ ਨੇ ਹਿਸਾਰ ਏਰੀਆ ਨੂੰ ਔਰ ਇੱਕ ਕੰਪਲੀਕੇਟਡ ਪ੍ਰੋਫਾਈਲ ਸੀਗਾ, ਵਾਕਈ ਕੰਪਲੀਕੇਟਡ ਪ੍ਰੋਫਾਈਲ ਸੀਗਾ, ਕਿਉਂਕਿ ਜੋ ਇਹਨਾਂ ਦੀ ਕੁਆਲੀਫਿਕੇਸ਼ਨ ਸੀ ਔਰ ਜੋ ਪ੍ਰੀਵੀਅਸ ਰਿਫਿਊਜ਼ਲ ਸੀਗੇ ਔਰ ਜੋ ਅਸੀਂ ਆਪਸ਼ਨਸ ਇਹਨਾਂ ਲਈ ਦੇਖ ਰਹੇ ਸੀਗੇ, ਕਿਤੇ ਨਾ ਕਿਤੇ ਡਿਫੀਕਲਟੀ ਆ ਰਹੀ ਸੀਗੀ ਮੈਚ ਕਰਨ ਦੇ ਵਿੱਚ, ਕਿਤੇ ਨਾ ਕਿਤੇ ਡਿਫੀਕਲਟੀ ਆ ਰਹੀ ਸੀ ਇਹਨਾਂ ਨੂੰ ਐਕਸਪਲੇਨ ਕਰਨ ਦੇ ਵਿੱਚ। ਬਟ ਐਟ ਦ ਐਂਡ ਰਿਜ਼ਲਟ ਇਹੀ ਹੈ ਕਿ ਹਰਜੋਤ ਦਾ ਵੀਜ਼ਾ ਆ ਗਿਆ ਹੈ ਔਰ ਹਰਜੋਤ ਅੱਜ ਸਾਡੇ ਨਾਲ ਬੈਠੇ ਨੇ। ਆਪਾਂ ਹਰਜੋਤ ਤੋਂ ਪੁੱਛਦੇ ਹਾਂ ਕਿ ਇਸ ਟਾਈਮ ਕੀ ਉਮੰਗਾਂ ਚੱਲ ਰਹੀਆਂ ਨੇ ਮਾਇੰਡ ਦੇ ਵਿੱਚ, ਕੀ ਕੀ ਫੀਲਿੰਗਸ ਆ ਰਹੀਆਂ ਨੇ ਡਿਫਰੈਂਟ ਡਿਫਰੈਂਟ? ਹਰਜੋਤ ਸਤਿ ਸ਼੍ਰੀ ਅਕਾਲ ਸਰ। ਫਸਟ ਆਫ ਆਲ ਥੈਂਕਸ ਟੂ ਵੈਸਟਰਨ ਓਵਰਸੀਜ਼ ਕਿ ਜਿਨ੍ਹਾਂ ਨੇ ਮੇਰਾ ਮਤਲਬ ਵੀਜ਼ੇ ਵਿੱਚ ਇੰਨੀ ਹੈਲਪ ਕੀਤੀ, ਅਤੇ ਸਪੈਸ਼ਲੀ ਥੈਂਕਸ ਟੂ ਹਰਮਨ ਸਰ ਅਤੇ ਇਕਜੋਤ ਮੈਮ ਜਿਨ੍ਹਾਂ ਨੇ ਇੰਨਾ ਮੈਨੂੰ ਗਾਈਡ ਕੀਤਾ ਅਤੇ ਮੇਰੇ ਲਈ ਮਤਲਬ ਇੰਨਾ ਵਰਕ ਕੀਤਾ ਮੇਰੀ ਪ੍ਰੋਫਾਈਲ 'ਤੇ, ਅਤੇ ਅੱਜ ਫਾਈਨਲੀ ਮੈਨੂੰ ਵੀਜ਼ਾ ਮਿਲ ਚੁੱਕਿਆ। ਹਰਜੋਤ, ਜਦੋਂ ਕੰਪਲੀਕੇਸ਼ਨ ਦੀ ਗੱਲ ਆਉਂਦੀ ਹੈ ਨਾ ਤਾਂ ਐਕਸਪੈਕਟੇਸ਼ਨ ਸਾਰੇ ਵਿਊਅਰਸ ਦੀ ਵੱਧ ਜਾਂਦੀ ਹੈ ਜੋ ਇਸ ਵੀਡੀਓ ਨੂੰ ਦੇਖ ਰਹੇ ਨੇ, ਕੀ ਇਹੋ ਜਿਹੀ ਕੀ ਕੰਪਲੀਕੇਸ਼ਨ ਸੀ ਸਾਡੇ ਪ੍ਰੋਫਾਈਲ ਦੇ ਵਿੱਚ? ਮਤਲਬ ਕੁਆਲੀਫਿਕੇਸ਼ਨ ਤੋਂ ਅਗਰ ਅਸੀਂ ਸ਼ੁਰੂ ਕਰੀਏ, ਤੁਸੀਂ ਸਾਰੀ ਕੁਆਲੀਫਿਕੇਸ਼ਨ ਦੱਸੋ ਔਰ ਉਸ ਤੋਂ ਬਾਅਦ ਤੁਹਾਡੇ ਪ੍ਰੋਫਾਈਲ ਦੇ ਵਿੱਚ ਕੀ ਕੀ ਡਿਫੀਕਲਟੀਜ਼ ਆ ਗਈਆਂ ਸੀਗੀਆਂ, ਕੁਛ ਉਹਨਾਂ ਬਾਰੇ ਐਕਸਪਲੇਨ ਕਰੋ। ਸਰ, ਮੈਂ ਮੇਰੀ ਗ੍ਰੈਜੂਏਸ਼ਨ ਕੀਤੀ ਹੈ BSc ਫਿਜ਼ਿਕਸ ਆਨਰਸ ਫਰੋਮ ਦਿੱਲੀ ਯੂਨੀਵਰਸਿਟੀ, ਅਤੇ ਮੈਂ 2016 ਦਾ ਪਾਸ ਆਊਟ ਹਾਂ, ਅਤੇ ਉਸ ਤੋਂ ਬਾਅਦ ਮੈਂ ਮੇਰਾ ਗਵਰਮੈਂਟ ਜੋਬ ਗਵਰਮੈਂਟ ਐਗਜ਼ਾਮ ਦੀ ਤਿਆਰੀ ਕੀਤੀ ਸੀ ਇੱਕ ਸਾਲ, ਅਤੇ ਨਾਲ ਦੇ ਨਾਲ ਮੈਂ ਟਰਾਈ ਕੀਤਾ ਗਿਆ ਮੈਂ ਆਪਣਾ IELTS ਦਾ ਐਗਜ਼ਾਮ ਦੇ ਲਾਂ ਅਤੇ ਨਾਲ ਮੈਂ ਆਪਣਾ ਬਾਹਰ ਦਾ ਵੀ ਟਰਾਈ ਕਰ ਲਾਂ। ਅਤੇ ਉਸ ਟਾਈਮ 'ਤੇ ਮੈਂ ਇੰਨਾ ਸੀਰੀਅਸ ਵੀ ਨਹੀਂ ਸੀ, ਮਤਲਬ ਮੈਂ ਨਾਲ ਦੀ ਨਾਲ ਹੀ ਬਿਕੋਜ਼ ਦੋ ਚੀਜ਼ਾਂ ਕਰਦਾ ਪਿਆ ਸੀ, ਅਤੇ ਉਸ ਕਾਰਨ ਸ਼ਾਇਦ ਮੇਰੀ ਪ੍ਰੋਫਾਈਲ ਕਿਤੇ ਨਾ ਕਿਤੇ ਵੀਕ ਰਹੇਗੀ, ਅਤੇ ਉਸ ਟਾਈਮ 'ਤੇ ਮੇਰਾ ਇੱਕ ਉਹਨਾਂ ਦਾ ਰਿਫਿਊਜ਼ਲ ਆ ਗਿਆ, ਬੜਾ ਮਤਲਬ ਰੀਜ਼ਨ ਵੀ ਕੋਈ ਅਦਰ ਰੀਜ਼ਨ ਵਿੱਚ ਹੀ ਮਾਰਕ ਕੀਤਾ ਹੋਇਆ ਸੀ ਉਹਨਾਂ ਨੇ। ਅਤੇ ਉਸ ਤੋਂ ਬਾਅਦ ਫਿਰ ਸੈਕਿੰਡ ਟਾਈਮ ਵੀ ਮੈਂ ਥੋੜ੍ਹੀ ਹਿੰਮਤ ਜੁਟਾ ਕੇ ਟਰਾਈ ਕੀਤਾ, ਅਤੇ ਉਦੋਂ ਵੀ ਮੇਰਾ ਫਿਰ ਦੁਬਾਰਾ ਉਹਨਾਂ ਨੇ ਰਿਫਿਊਜ਼ ਕਰਤਾ ਸੀ। ਫਿਰ ਉਸ ਤੋਂ ਬਾਅਦ ਮੈਂ ਕਿਸ ਤੋਂ ਮੇਰੇ ਨੌਨ ਵਿੱਚੋਂ ਪਤਾ ਲੱਗਿਆ ਮੈਨੂੰ ਵੈਸਟਰਨ ਓਵਰਸੀਜ਼ ਬਾਰੇ, ਫਿਰ ਮੈਂ ਤਾਂ ਇਹਨਾਂ ਕੋਲ ਵਿਜ਼ਿਟ ਕੀਤਾ ਕੁਰੂਕਸ਼ੇਤਰ ਬ੍ਰਾਂਚ ਵਿੱਚ, ਫਿਰ ਉਦੋਂ ਮੈਨੂੰ ਤੁਸੀਂ ਗਾਈਡ ਕੀਤਾ ਸੀ ਅਤੇ ਨਾਲ ਪ੍ਰਦੀਪ ਸਰ ਵੀ ਸੀ, ਅਤੇ ਉਸ ਤੋਂ ਬਾਅਦ ਹੁਣ ਫਾਈਨਲੀ ਆ ਗਿਆ ਵੀਜ਼ਾ। ਹਰਜੋਤ, ਦੇਖੋ, ਦੋ ਰਿਫਿਊਜ਼ਲ ਲੈਣ ਤੋਂ ਬਾਅਦ ਸਾਨੂੰ ਪਤਾ ਹੈ ਕਿ ਵੀ ਇੱਕ ਵਾਰੀ ਬੰਦੇ ਦੇ ਮਨ 'ਚ ਫੀਲਿੰਗ ਆਉਂਦੀ ਹੈ, ਪਤਾ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਕੋਈ ਰੁਕਾਵਟ ਹੈ ਜਾਂ ਮੇਰੇ ਡ੍ਰੀਮਸ ਜਿਹੜੇ ਨੇ ਉਹ ਫੁਲਫਿਲ ਨਹੀਂ ਹੋ ਸਕਦੇ, ਸ਼ਾਇਦ ਮੈਂ ਕਿਤੇ ਗਲਤ ਡਿਸੀਜ਼ਨ ਤਾਂ ਨਹੀਂ ਲੈ ਲਿਆ ਬਾਹਰ ਜਾ ਕੇ ਸੋਚਣ ਬਾਹਰ ਜਾਣਾ ਔਰ ਉਸਦੇ ਬਾਰੇ ਸੋਚਣਾ, ਸ਼ਾਇਦ ਕਿਤੇ ਮੈਂ ਕੋਈ ਡਿਸੀਜ਼ਨ ਗਲਤ ਤਾਂ ਨਹੀਂ ਲੈ ਲਿਆ, ਕਿ ਇਹੋ ਜਿਹੀ ਫੀਲਿੰਗ ਜਾਂ ਫੈਮਿਲੀ ਵੱਲੋਂ ਵੀ ਕੋਈ ਪ੍ਰੈਸ਼ਰ ਆ ਰਿਹਾ ਸੀਗਾ ਬਾਰ ਬਾਰ ਰਿਫਿਊਜ਼ਲ ਆ ਰਿਹਾ, ਅਤੇ ਵੀ ਹੁਣ ਦੱਸ ਤੂੰ ਫਾਈਨਲੀ ਕੀ ਕਰਨਾ ਚਾਹੁੰਦਾ ਜ਼ਿੰਦਗੀ 'ਚ? ਫੈਮਿਲੀ ਤਾਂ ਸਰ ਕਹਿੰਦੀ ਸੀ ਕਿ ਵੀ ਦੁਬਾਰਾ ਅਪਲਾਈ ਕਰ ਲਓ, ਬਟ ਮੇਰਾ ਹੀ ਸੀਗਾ ਵੀ ਮੈਂ ਕੀ ਨਹੀਂ ਕਰਦੇ ਛੱਡੋ, ਫਿਰ ਮੈਂ ਇਸ ਕਰਕੇ ਸਰ ਨਾਲ ਦੇ ਨਾਲ ਜੋਬ ਵੀ ਸ਼ੁਰੂ ਕਰਤੀ ਸੀ ਐਜ਼ ਅ ਸੇਲਸ ਮੈਨੇਜਰ, ਅਤੇ ਉਸ ਤੋਂ ਬਾਅਦ ਫਿਰ ਬਾਏ ਚਾਂਸ ਹੀ ਫਿਰ ਇੱਕਦਮ ਨਾਲ ਜਿਵੇਂ ਤੁਹਾਡਾ ਫੇਅਰ ਬਾਰੇ ਪਤਾ ਲੱਗਿਆ, ਅਤੇ ਫਿਰ ਮੈਂ ਸੋਚਿਆ ਚਲੋ ਇੱਕ ਵਾਰ ਦੁਬਾਰਾ ਵੀ ਵਿਜ਼ਿਟ ਕਰ ਲੈਣਾ, ਜਦੋਂ ਮਤਲਬ ਕਾਫੀ ਅੱਛੇ ਰਿਵਿਊ ਸੁਣੇ ਹੋਏ ਤੁਹਾਡੀ ਫਰਮ ਬਾਰੇ। ਫਿਰ ਉਸ ਤੋਂ ਬਾਅਦ ਇੱਕ ਵਾਰ ਇੱਕ ਹੋਪ 'ਚ ਦੁਬਾਰਾ ਬਣੀ ਕਿ ਵੀ ਸ਼ਾਇਦ ਕੀ ਪਤਾ ਲੱਗ ਜਾਵੇ, ਫਿਰ ਇਸ ਕਰਕੇ ਮੈਂ ਫਿਰ ਦੁਬਾਰਾ ਸਟਾਰਟ ਕੀਤਾ ਪ੍ਰੋਸੈਸ ਜ਼ੀਰੋ ਤੋਂ, ਫਿਰ ਉਦੋਂ ਇੱਕ ਵਾਰ ਮਤਲਬ ਲੱਗਦਾ ਤਾਂ ਟਾਈਮ ਬੰਦੇ ਨੂੰ ਦੁਬਾਰਾ ਸਟੇਬਲ ਹੋਣ ਨੂੰ, ਬਟ ਫਿਰ ਹੋਪਫੁਲੀ ਹੋ ਗਿਆ, ਪੋਜ਼ਿਟਿਵ ਆਇਆ ਰਿਸਪੋਂਸ। ਦਰਸ਼ਕੋ, ਇੱਕ ਚੀਜ਼ ਮੈਂ ਦੱਸਣਾ ਚਾਹੂੰਗਾ ਕਿ ਜੋ ਕੰਪਲੀਕੇਸ਼ਨ ਹਰਜੋਤ ਦੇ ਪ੍ਰੋਫਾਈਲ ਵਿੱਚ ਇਹ ਸੀਗੀ ਕਿ ਜਦੋਂ ਇਹਨਾਂ ਨੇ ਆਪਣੀ ਦੋਨੋਂ ਵਾਰੀ ਫਾਈਲ ਸਬਮਿਟ ਕੀਤੀ ਹੈ ਉਸ ਟਾਈਮ 'ਤੇ ਇਹ ਕੁਛ ਨਹੀਂ ਕਰ ਰਹੇ ਸੀਗੇ, ਔਰ ਜੋ ਪ੍ਰੀਵੀਅਸ ਏਜੰਟ ਨੇ ਇਨਫੋਰਮੇਸ਼ਨ ਸਬਮਿਟ ਕੀਤੀ ਸੀ ਉਹ ਹੀ ਸਬਮਿਟ ਕੀਤੀ ਸੀ, ਪ੍ਰਿਪਰੇਸ਼ਨ ਫੋਰ ਐਗਜ਼ਾਮ ਚੱਲ ਰਹੀ ਸੀਗੀ ਇਹਨਾਂ ਦੀ, ਔਰ ਉਸ ਟਾਈਮ 'ਤੇ ਇਹ ਫਰੈਸ਼ ਕੇਸ ਸੀਗਾ ਅਤੇ ਇਸ ਟਾਈਮ ਕੋਈ ਇੰਨੀ ਜ਼ਿਆਦਾ ਦਿੱਕਤ ਵੀ ਨਹੀਂ ਸੀਗੀ, ਬਟ ਸਾਨੂੰ ਜਦੋਂ ਅਸੀਂ ਫਾਈਲਿੰਗ ਕਰਨੀ ਸੀਗੀ ਉਸ ਟਾਈਮ ਇਹ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਸੀਗੀ ਕਿ ਜੋ ਇਹਨਾਂ ਨੇ ਪ੍ਰੀਵੀਅਸ ਇਨਫੋਰਮੇਸ਼ਨ ਸਬਮਿਟ ਕੀਤੀ ਇਹਨਾਂ ਦੀ ਕਲੈਰਿਟੀ ਉਹਨਾਂ ਨੂੰ ਵੀ ਨਹੀਂ ਸੀਗੀ ਕਿ ਉਹਨੇ ਕੀ ਸਬਮਿਟ ਕੀਤਾ, ਬਟ ਸਮ ਹਾਓ ਵੀ ਹੈਵ ਟੇਕਨ ਅ ਰਿਸਕ ਐਂਡ ਉਹ ਜੋ ਸਭ ਕੁਛ ਇਹਨਾਂ ਨੂੰ ਇਨਫੋਰਮੇਸ਼ਨ ਪੁੱਛ ਪੁੱਛ ਕੇ ਅਸੀਂ ਸਾਰੀ ਸਬਮਿਟ ਕੀਤੀ, ਔਰ ਉਸਦਾ ਰਿਜ਼ਲਟ ਇਹ ਹੋਇਆ ਕਿ ਜਿਵੇਂ ਜਿਵੇਂ ਇਹ ਸਾਨੂੰ ਗਾਈਡ ਕਰਦੇ ਰਹੇ ਔਰ ਅਸੀਂ ਇਹਨਾਂ ਨੂੰ ਗਾਈਡ ਕਰਦੇ ਰਹੇ, ਦੋਨਾਂ ਨੇ ਮਿਲ ਜੁਲ ਕੇ ਕੰਮ ਕੀਤਾ ਔਰ ਅੱਜ ਜੋ ਹੈ ਉਹਨਾਂ ਦਾ ਵੀਜ਼ਾ ਆ ਗਿਆ। ਹਰਜੋਤ, ਕਿਹੜੇ ਕਾਲਜ 'ਚ ਕਿਹੜੇ ਪ੍ਰੋਗਰਾਮ ਵਾਸਤੇ ਸਾਡਾ ਵੀਜ਼ਾ ਆਇਆ? ਸਰ, ਮੇਰਾ ਕਾਲਜ ਹੈ ਕਾਲਜ ਆਫ ਦ ਰੋਕੀਜ਼, ਕਰੈਨਬੁਕ, ਬ੍ਰਿਟਿਸ਼ ਕੋਲੰਬੀਆ ਵਿੱਚ ਹੈ, ਅਤੇ ਮੇਰਾ ਸਰ ਜੋ ਕੋਰਸ ਹੈ ਉਹ ਹੈ ਸਸਟੇਨੇਬਲ ਬਿਜ਼ਨਸ ਪ੍ਰੈਕਟਿਸਿਸ, 2 ਸਾਲ ਦਾ ਕੋਰਸ ਹੈ। ਦਰਸ਼ਕੋ, ਇੱਕ ਬੜਾ ਟ੍ਰੈਡੀਸ਼ਨਲ ਪ੍ਰੋਗਰਾਮ ਹੈ BSc, ਜਦੋਂ ਅਸੀਂ ਕਿਸੇ ਵੀ ਪ੍ਰੋਗਰਾਮ ਨੂੰ ਆਪਟ ਕਰਨਾ ਹੋਵੇ ਤਾਂ BSc ਪ੍ਰੋਗਰਾਮ ਹੋ ਗਿਆ, ਜਾਂ ਮਤਲਬ ਇਸੇ ਦੇ ਨਾਲ ਰਿਲੇਟਿਡ ਦੇ ਕੁਛ ਇੱਦਾਂ ਬੜੇ ਟ੍ਰੈਡੀਸ਼ਨਲ ਪ੍ਰੋਗਰਾਮ ਹੈ ਜੋ ਪੁਰਾਣੇ ਚੱਲਦੇ ਆ ਰਹੇ, ਉਹਨਾਂ 'ਚ ਕੋਈ ਜ਼ਿਆਦਾ ਚੇਂਜਸ ਨਹੀਂ ਹੋਏ ਹੈ। ਉਹਨਾਂ ਪ੍ਰੋਗਰਾਮ ਦੇ ਬੇਸਿਸ ਉੱਤੇ ਬੱਚੇ ਨੂੰ ਅੱਗੇ ਆਪਸ਼ਨ ਦੇਣਾ ਬਹੁਤ ਡਿਫੀਕਲਟ ਆ ਜਾਂਦਾ, ਜੋ ਜੋ ਆਪਸ਼ਨ ਅਸੀਂ ਇਹਨਾਂ ਦੇਣਾ ਚਾਹੁੰਦੇ ਸੀਗੇ ਕਿਤੇ ਨਾ ਕਿਤੇ ਪਰਸੈਂਟੇਜ ਬੈਰੀਅਰ ਆ ਰਹੀ ਸੀ ਜਾਂ ਕਿਤੇ ਨਾ ਕਿਤੇ ਇਨਟੇਕ ਬੈਰੀਅਰ ਆ ਰਿਹਾ ਸੀਗਾ। ਫਾਈਨਲੀ ਇੱਕ ਆਪਸ਼ਨ ਕੱਢ ਕੇ ਦਿੱਤੀ ਇਹਨਾਂ ਨੂੰ ਅਸੀਂ, ਕਿਉਂਕਿ ਉਸ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਪਹਿਲਾਂ ਵੀ ਕੁਛ ਹੋਰ ਬੱਚਿਆਂ ਦੇ ਸਕਸੈਸ ਰੇਟ ਦੇਖ ਚੁੱਕੇ ਸੀਗੇ, ਵੀਜ਼ਾ ਦੇ ਸਕਸੈਸ ਰੇਟ ਆ ਰਹੇ ਨੇ BSc ਵਾਲਿਆਂ ਦੇ, ਅਤੇ ਉਹਨਾਂ 'ਚੋਂ ਇੱਕ ਲੋਕੇਸ਼ਨ ਆਇਡੈਂਟੀਫਾਈ ਕਰਕੇ ਕਰੈਨਬੁਕ ਸਸਟੇਨੇਬਲ ਬਿਜ਼ਨਸ ਪ੍ਰੈਕਟਿਸਿਸ ਕਾਲਜ ਆਫ ਦ ਰੋਕੀ
ਹਰਜੋਤ ਜੋ ਮਤਲਬ ਆਪਣੀ ਫੀਲਿੰਗਸ ਤਾਂ ਹੈਗੀ ਹੈਗੀ, ਪੇਰੈਂਟਸ ਦੀ ਜੋ ਐਕਸਪੈਕਟੇਸ਼ਨ ਸੀ ਕਿ ਵੀ ਇੱਕ ਡ੍ਰੀਮ ਸੀਗਾ ਉਹਨਾਂ ਦਾ ਵੀ ਕਿ ਤੁਸੀਂ ਬਾਹਰ ਜਾ ਕੇ ਪੜ੍ਹਾਈ ਕਰੋ, ਉਹਨਾਂ ਦੀ ਕਿਆ ਫੀਲਿੰਗ ਹੈ ਜਦੋਂ ਪਤਾ ਲੱਗਿਆ ਕਿ ਵੀਜ਼ਾ ਆ ਗਿਆ? ਸਰ ਉਹਨਾਂ ਦੀ ਤਾਂ ਫੀਲਿੰਗਸ ਮੇਰੇ ਤੋਂ ਹੀ ਜ਼ਿਆਦਾ ਉਹ ਖੁਸ਼ ਨੇ ਉਹਦੇ ਉਹਦੇ ਜ਼ਿਆਦਾ ਉਹਨਾਂ ਨੂੰ ਤਾਂ ਜ਼ਿਆਦਾ ਹੀ ਚਾਅ ਚੜਿਆ, ਬਿਕੋਜ਼ ਮੇਰੇ ਨਾਲ ਉਹ ਵੀ ਅੰਦਰ ਅੰਦਰ ਸ਼ਾਇਦ ਹੋਪ ਛੱਡ ਚੁੱਕੇ ਸੀ ਕਿ ਵੀ ਪਤਾ ਨਹੀਂ ਵੀਜ਼ਾ ਲੱਗੇਗਾ ਨਹੀਂ ਲੱਗੇਗਾ। ਬਟ ਥੈਂਕਸ ਟੂ, ਮੈਂ ਅਗੇਨ ਬੋਲਣਾ ਚਾਹੂੰਗਾ ਵੈਸਟਰਨ ਓਵਰਸੀਜ਼ ਕਿ ਜਿਨ੍ਹਾਂ ਨੇ ਮੇਰੀ ਡ੍ਰੀਮਸ ਵੀ ਫੁਲਫਿਲ ਕੀਤੀ ਤੀ, ਮੇਰੇ ਪੇਰੈਂਟਸ ਦੀ ਵੀ। ਜੋ ਜੋ ਸਾਡੇ ਵਿਊਅਰਸ ਨੇ ਹਰਜੋਤ ਜੋ ਇਸ ਚੈਨਲ ਨੂੰ ਫੋਲੋ ਕਰਦੇ ਨੇ ਜਾਂ ਸਾਨੂੰ ਕਿਤੇ ਵੀ ਸੋਸ਼ਲ ਮੀਡੀਆ 'ਤੇ ਫੋਲੋ ਕਰਦੇ ਨੇ, ਕੋਈ ਇੱਕ ਆਪਣੇ ਵੱਲੋਂ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਕਿ ਕਈ ਵਾਰ ਇੱਦਾਂ ਹੁੰਦਾ ਕਿ ਰਿਫਿਊਜ਼ਲ ਕੇਸਿਸ ਵਾਲੇ ਹੋਪ ਛੱਡ ਦਿੰਦੇ ਆ ਜਾਂ ਫਰੈਸ਼ ਕੇਸਿਸ ਵਾਲੇ ਜਿਨ੍ਹਾਂ ਦੀ ਪਰਸੈਂਟੇਜ ਦਾ ਮਾੜਾ ਮੋਟਾ ਹੁੰਦਾ, ਉਹਨਾਂ ਨੂੰ ਲੱਗਦਾ ਕਿ ਨਹੀਂ ਸਾਡਾ ਸ਼ਾਇਦ ਕਿਤੇ ਕੋਈ ਕੁਛ ਪ੍ਰੋਗਰਾਮ ਨਹੀਂ ਬਣ ਸਕਦਾ, ਅਤੇ ਉਹਨਾਂ ਨੂੰ ਕਿਆ ਮੈਸੇਜ ਦੇਣਾ ਚਾਹੋਗੇ? ਸਰ ਅਕੋਰਡਿੰਗ ਟੂ ਮਾਈ ਐਕਸਪੀਰੀਅੰਸ ਮੈਂ ਤਾਂ ਇਹ ਬੋਲੂੰਗਾ ਕਿ ਰਿਫਿਊਜ਼ਲ ਕੇਸਿਸ ਲਈ ਤਾਂ ਤੁਸੀਂ ਵੈਸੀ ਪ੍ਰੋ ਬੰਦੇ ਹੋ, ਅਤੇ ਫਰੈਸ਼ ਕੇਸਿਸ ਲਈ ਵੀ ਮੈਨੂੰ ਪਤਾ ਜਿੱਦਾਂ ਤੱਕ ਮੈਂ ਵੇਖਦਾ ਆਇਆ ਹੁਣ ਤੱਕ ਇੰਨੇ ਟਾਈਮ ਹੋ ਗਿਆ ਮੈਨੂੰ ਤੁਹਾਡੇ ਨਾਲ ਜੁੜੇ ਹੋਏ ਕਿ ਵੀ ਫਰੈਸ਼ ਕੇਸਿਸ ਦੀ ਵੀ ਤੁਸੀਂ ਮਤਲਬ ਮਾਹਿਰ ਹੀ ਹੋ ਲਿਆਉਣ ਵਾਸਤੇ। ਤੋ ਦਰਸ਼ਕੋ, ਇਹ ਸਾਡੇ ਕੋਲ ਹਰਜੋਤ ਸੀਗੇ। ਹਰਜੋਤ ਨੇ ਸਸਟੇਨੇਬਲ ਬਿਜ਼ਨਸ ਪ੍ਰੈਕਟਿਸਿਸ ਕਾਲਜ ਆਫ ਰੌਕੀਜ਼ ਦਾ ਵੀਜ਼ਾ ਲਿਆ ਹੈ, ਐਂਡ ਇਹਨਾਂ ਦੇ ਓਵਰਆਲ 7 ਨੋਟ ਲੈਸ ਦੈਨ 6 ਈਚ ਬੈਂਡ ਸੀਗੇ, ਪਰਸੈਂਟੇਜ ਅਪਰੋਕਸੀਮੇਟਲੀ 57, ਬੈਚਲਰ ਆਫ ਸਾਇੰਸ ਫਿਜ਼ਿਕਸ ਇਹਨਾਂ ਨੇ ਕੰਪਲੀਟ ਕੀਤੀ ਸੀਗੀ, ਐਂਡ ਰੀਸੈਂਟ ਇਹਨਾਂ ਦੀ ਜੋਬ ਚੱਲ ਰਹੀ ਸੀਗੀ। ਇਸੀ ਤਰੀਕੇ ਨਾਲ ਸਾਡੇ ਕੋਲ ਹੋਰ ਵੀ ਕਈ ਬੱਚੇ ਨੇ ਜਿਨ੍ਹਾਂ ਦੇ ਕੇਸਿਸ ਕੰਪਲੀਕੇਟਡ ਸੀਗੇ ਔਰ ਵੀਜ਼ੇ ਆ ਗਏ ਨੇ। ਨਵੀਆਂ ਨਵੀਆਂ ਵੀਡੀਓਜ਼ ਅਸੀਂ ਬਣਾ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਗਾਈਡੈਂਸ ਮਿਲੇ ਕਿ ਅਗਰ ਕਿਸੇ ਦੇ ਲਾਈਫ ਦੇ ਵਿੱਚ ਕਿਤੇ ਹੋਪ ਖਤਮ ਹੋ ਗਿਆ ਕਿ ਉਹਦਾ ਵੀਜ਼ਾ ਆ ਸਕਦਾ ਕਿ ਨਹੀਂ ਆ ਸਕਦਾ, ਇੱਕ ਵਾਰ ਸਾਨੂੰ ਆ ਕੇ ਮਿਲਣ ਔਰ ਅਸੀਂ ਉਹਨਾਂ ਦੇ ਕੇਸ ਨੂੰ ਸੈਚ ਕਰਕੇ ਦੱਸਾਂਗੇ ਕਿ ਕਿਆ ਪੋਸੀਬਿਲਿਟੀ ਬਣ ਸਕਦੀ ਹੈ। ਤੋ ਇਸੇ ਤਰੀਕੇ ਨਾਲ ਹਰਜੋਤ, ਮੈਂ ਇੱਕ ਰਿਕੁਐਸਟ ਕਰਾਂਗਾ, ਪਲੀਜ਼ ਇੱਕ ਵਾਰੀ ਸਾਰਿਆਂ ਨੂੰ ਆਪਣਾ ਜੋ ਹੈ ਵੀਜ਼ਾ ਦਿਖਾ ਦਿਓ। ਦਰਸ਼ਕੋ, ਇਹ ਦੇਖ ਸਕਦੇ ਹੋ ਕਿ ਹਰਜੋਤ ਦਾ ਵੀਜ਼ਾ ਆ ਗਿਆ ਹੋਇਆ ਔਰ ਹਰਜੋਤ ਆਪਣਾ ਵੀਜ਼ਾ ਦਿਖਾ ਰਹੇ ਨੇ ਸਾਰਿਆਂ ਨੂੰ, ਔਰ ਜੋ ਸੋਚ ਰਹੇ ਨੇ ਕਿ ਅੱਗੇ ਕੀ ਕਰਨਾ, ਉਹ ਵੈਸਟਰਨ ਓਵਰਸੀਜ਼ ਵਿਜ਼ਿਟ ਕਰਨ। ਸਾਡੀ ਜਿੰਨੀਆਂ ਵੀ ਬ੍ਰਾਂਚਿਸ ਨੇ ਸਾਡੀ ਵੈਬਸਾਈਟ 'ਤੇ ਨੀਚੇ ਸਕਰੋਲਿੰਗ 'ਤੇ ਆ ਰਹੀਆਂ ਹੋਣਗੀਆਂ, ਤੁਸੀਂ ਵਿਜ਼ਿਟ ਕਰਕੇ ਔਰ ਆਪਣੀ ਪ੍ਰੋਫਾਈਲ ਨੂੰ ਅਸੈਸ ਕਰਵਾ ਕੇ ਫ੍ਰੀ ਗਾਈਡੈਂਸ ਸਾਡੇ ਕੋਲੋਂ ਲੈ ਸਕਦੇ ਹੋ। ਤੋ ਕਿਤੇ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਕੁਛ ਕਮੀ ਰਹਿ ਗਈ ਹੋਗੀ, ਉਹ ਕਮੀ ਅਸੀਂ ਪੂਰੀ ਕਰਾਂਗੇ, ਪਰ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਫਿਰ ਦੁਬਾਰਾ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਜ਼ਰੂਰ ਆਵਾਂਗੇ, ਤਦ ਤੱਕ ਲਈ ਵਿਦਾ ਦਿਓ। ਸਤਿ ਸ਼੍ਰੀ ਅਕਾਲ।